ਗੁਰੂ ਪਿਆਰੀ ਸਾਧ ਸੰਗਤ ਜੀ, ਅਗਲਾ ਸ਼ਬਦ ਪਿਓ ਦਾਦੇ ਜੀ ਵਿਹਾ ਪੜਦਾਦੇ ਪਰਵਾਨ ਪੜੋਤਾ ਭਾਈ ਗੁਰਦਾਸ ਜੀ ਦੀ ਵਾਰ। ਜਿਵੇਂ ਇੱਕ ਪਰਿਵਾਰ ਹੁੰਦਾ ਹੈ ਉਵੇਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਭਾਈ ਗੁਰਦਾਸ ਜੀ ਨੇ ਇਸ ਵਾਰ ਦੇ ਵਿੱਚ ਬਾਬਾਣੇ ਕੁਲ ਕਵਲ ਅਛੋਤਾ, ਬਾਬਿਆਂ ਦੀ ਕੁਲ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਇੱਕ ਕਵਲ ਦੇ ਫੁੱਲ ਵਾਂਗੂ ਹਨ। ਪੜਦਾਦਾ ਕਿਹਾ ਗਿਆ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ, ਦਾਦਾ ਕਿਹਾ ਗਿਆ ਹੈ ਧੰਨ ਗੁਰੂ ਅੰਗਦ ਦੇਵ ਜੀ ਨੂੰ, ਔਰ ਪਿਤਾ ਕਿਹਾ ਗਿਆ ਹੈ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਪਿਓ ਦਾਦੇ ਜੇ ਵੇਹਾ ਪੜਦਾਦੇ ਪਰਵਾਨ ਪੜੋਤਾ, ਇਸ ਸ਼ਬਦ ਤੋਂ ਇੱਕ ਦ੍ਰਿਸ਼ ਚੇਤੇ ਆਉਂਦਾ ਹੈ ਜਿਸ ਵੇਲੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਯਤੀਮ ਹੋ ਜਾਂਦੇ ਹਨ, ਇੱਕ ਬੰਦ ਕਮਰੇ ਦੇ ਵਿੱਚ ਬੈਠੇ ਹਨ। ਭਾਈ ਜੇਠਾ ਜੀ ਆਪਣੀਆਂ ਲੱਤਾਂ ਤੇ ਮੋਢੇ ਦੇ ਉੱਤੇ ਵੰਗੜੀ ਕਹਿੰਦੇ ਹਨ, ਜਿਹਨੂੰ ਸਿਰ ਰੱਖਿਆ ਹੈ ਤੇ ਰੋ ਰਹੇ ਹਨ। ਦਰਵਾਜ਼ਾ ਖੁੱਲ੍ਹਦਾ ਹੈ, ਦੀਨ ਦੁਨੀ ਦੇ ਮਾਲਕ ਸੇਵਾ ਦੇ ਪੁੰਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਅੰਦਰ ਆਉਂਦੇ ਹਨ। ਧੰਨ ਗੁਰੂ ਰਾਮਦਾਸ ਸਾਹਿਬ ਜੀ ਛੋਟੀ ਉਮਰ ਕਿਆਸਕਰ ਲਿਖਦੇ ਹਨ, ਸਤਿਗੁਰੂ ਜੀ ਦਾ ਵੱਡਾ ਜੂੜਾ ਹੈ, ਸਤਿਗੁਰੂ ਰੋਂਦੇ ਰੋਂਦੇ ਜਿਸ ਵੇਲੇ ਦਰਵਾਜ਼ਾ ਖੁੱਲ੍ਹਦਾ ਹੈ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਮਹਾਰਾਜ ਜੀ ਦੇ ਗਲਵੱਕੜੀ ਵਿੱਚ ਜਾਂਦੇ ਹਨ। ਕਹਿੰਦੇ ਹਨ, ਪਿਤਾ ਜੀ ਗੁਰੂ ਸਾਹਿਬ ਜੀ ਮੈਂ ਯਤੀਮ ਹੋ ਗਿਆ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਭਾਈ ਜੇਠਾ ਜੀ ਦੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਿੱਠ ਤੇ ਹੱਥ ਫੇਰਦੇ ਹਨ ਔਰ ਮਨ ਦੇ ਵਿੱਚ ਸੋਚਦੇ ਹਨ। ਕਹਿੰਦੇ ਹਨ, ਜੇਠਿਆ ਤੂੰ ਯਤੀਮ ਨਹੀਂ ਹੋਇਆ, ਤੂੰ ਯਤੀਮਾਂ ਨੂੰ ਪਾਲਣ ਵਾਲਾ ਹੋਏਗਾ, ਤੇਰਾ ਦਰ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਜਿੱਥੇ 24 ਘੰਟੇ ਆਤਮਾ ਦੀ ਖੁਰਾਕ ਮਿਲੇਗੀ, 24 ਘੰਟੇ ਸਰੀਰ ਦੀ ਖੁਰਾਕ ਮਿਲੇਗੀ। ਐਸੇ ਸਨ ਧੰਨ ਗੁਰੂ, ਐਸੇ ਹਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਬੜੇ ਪਿਆਰ ਸਤਿਕਾਰ ਦੇ ਨਾਲ ਇਹ ਸ਼ਬਦ ਸਰਵਣ ਕਰੋ, ਪਿਓ ਦਾਦੇ ਜੀ ਵੇਹਿਆ ਪੜਦਾਦੇ ਪਰਵਾਨ ਪੜੋਤਾ।